ਦੋਸਤੋ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਜਦੋਂ ਪਹਿਲਾ T20 ਮੈਚ ਹੋਇਆ ਸੀ, ਉਸ ਪਹਿਲੇ T20 ਮੈਚ ਦੇ ਵਿੱਚ ਨਿਊਜ਼ੀਲੈਂਡ ਨੇ 226 ਸਕੋਰ ਬਣਾਏ ਸੀ। ਜਵਾਬ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ 180 ਸਕੋਰ ਬਣਾਏ ਸੀ। ਇਸ ਤਰ੍ਹਾਂ ਪਾਕਿਸਤਾਨ ਕ੍ਰਿਕਟ ਟੀਮ ਪਹਿਲਾ T20 ਮੈਚ ਹਾਰੀ ਸੀ। ਉਸ ਤੋਂ ਬਾਅਦ 'ਚੋਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਦੂਸਰਾ T20 ਮੈਚ ਹੋਇਆ। ਉਸ ਦੂਸਰੇ T20 ਮੈਚ ਦੇ ਵਿੱਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ 194 ਸਕੋਰ ਬਣਾਏ ਸੀ। ਉਹਦੇ ਮੁਕਾਬਲੇ 'ਚ ਪਾਕਿਸਤਾਨ ਕ੍ਰਿਕਟ ਟੀਮ ਨੇ 173 ਸਕੋਰ ਬਣਾਏ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਦੂਸਰਾ T20 ਮੈਚ ਵੀ ਹਾਰੀ। ਹੁਣ ਕੱਲ੍ਹ ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ ਦਰਮਿਆਨ ਤੀਸਰਾ T20 ਮੈਚ ਹੋਇਆ ਵਾ। ਇਸ ਤੀਸਰੇ T20 ਮੈਚ ਦੇ ਵਿੱਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ 224 ਸਕੋਰ ਬਣਾਏ ਸੀ। ਜਵਾਬ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ਼ 179 ਸਕੋਰ ਬਣਾਏ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਇਹ ਤੀਸਰਾ T20 ਮੈਚ ਵੀ ਹਾਰ ਗਈ। ਨਾ ਸਿਰਫ ਪਾਕਿਸਤਾਨ ਕ੍ਰਿਕਟ ਟੀਮ ਤੀਸਰਾ T20 ਮੈਚ ਹਾਰੀ, ਬਲਕਿ T20 ਮੈਚਾਂ ਦੀ ਇਹ ਸੀਰੀਜ਼ ਵੀ ਹਾਰ ਗਈ ਸੀ। ਦੋਸਤੋ, ਪਾਕਿਸਤਾਨ ਕ੍ਰਿਕਟ ਟੀਮ ਦੀ ਤੀਸਰੇ T20 ਮੈਚ ਦੇ ਵਿੱਚ ਵੀ ਬਹੁਤ ਬੁਰੀ ਪਰਫਾਰਮੈਂਸ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਜਿਹੜੇ ਇਹ ਤੀਸਰਾ T20 ਮੈਚ ਵੀ ਹਾਰ ਗਈ। ਦੋਸਤੋ, ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਕਪਤਾਨ ਬਾਬਰ ਆਜ਼ਮ ਜਿਹੜੇ ਆ, ਉਹਨਾਂ ਦੇ ਕੋਲੋਂ ਜਦੋਂ ਕਪਤਾਨੀ ਵਾਪਸ ਲਈ ਸੀ ਤਾਂ ਉਸ ਟਾਈਮ ਬਾਬਰ ਆਜ਼ਮ ਦੀ ਜਿਹੜੀ ਪਰਫਾਰਮੈਂਸ ਸੀ ਖੁਦ ਦੀ, ਉਹ ਸਹੀ ਨਹੀਂ ਸੀ। ਬੱਲਾ ਉਹਨਾਂ ਦਾ ਚੱਲਦਾ ਨਹੀਂ ਪਿਆ ਸੀ, ਬਾਬਰ ਆਜ਼ਮ ਦੀ ਪਰਫਾਰਮੈਂਸ ਠੀਕ ਨਹੀਂ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਕੋਲੋਂ ਕਪਤਾਨੀ ਵੀ ਵਾਪਸ ਲੈ ਲਈ ਸੀ। ਲੇਕਿਨ ਸ਼ੁਰੂ ਦੇ ਵਿੱਚ ਬਾਬਰ ਆਜ਼ਮ ਦੀ ਪਰਫਾਰਮੈਂਸ ਕਾਫੀ ਬਿਹਤਰ ਸੀ, ਸਰਫਰਾਜ਼ ਅਹਿਮਦ ਤੋਂ ਉਹਨਾਂ ਦੀ ਪਰਫਾਰਮੈਂਸ ਅੱਛੀ ਸੀ, ਜਿਹਦੀ ਵਜ੍ਹਾ ਤੋਂ 2019 ਦੇ ਵਿੱਚ ਉਹਨਾਂ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਕੈਪਟਨ ਬਣਾਇਆ ਗਿਆ ਸੀ। ਲੇਕਿਨ ਜਦੋਂ ਬਾਬਰ ਆਜ਼ਮ ਦੇ ਕੋਲੋਂ ਕਪਤਾਨੀ ਵਾਪਸ ਲਈ, ਉਦੋਂ ਬਾਬਰ ਆਜ਼ਮ ਦਾ ਨਾਂ ਤਾਂ ਬੱਲਾ ਚੱਲਦਾ ਸੀ, ਨਾ ਹੀ ਉਹਨਾਂ ਦੀ ਕੋਈ ਪਰਫਾਰਮੈਂਸ ਠੀਕ ਸੀ, ਉਹਨਾਂ ਦੇ ਕੋਲੋਂ ਕਪਤਾਨੀ ਵਾਪਸ ਲੈ ਲਈ ਸੀ। ਲੇਕਿਨ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਸ਼ਹੀਨ ਸ਼ਾਹ ਫਰੀਦੀ ਨੂੰ T20 ਦੀ ਦਿੱਤੀ ਗਈ ਆ। ਲੇਕਿਨ ਸ਼ਹੀਨ ਸ਼ਾਹ ਫਰੀਦੀ ਦਾ ਤਾਂ ਆਗਾਜ਼ ਹੀ ਜਿਹੜਾ ਵਾ ਉਹ ਬਹੁਤ ਬੁਰਾ ਹੋਇਆ ਵਾ। ਸ਼ਹੀਨ ਸ਼ਾਹ ਫਰੀਦੀ ਦੀ ਕਿਆਦਤ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ 3 T20 ਮੈਚ ਨਿਊਜ਼ੀਲੈਂਡ ਦੇ ਖਿਲਾਫ ਖੇਲੇ ਆ। ਤਿੰਨਾਂ ਦੇ ਵਿੱਚ ਬਹੁਤ ਬੁਰੀ ਪਰਫਾਰਮੈਂਸ ਸੀ ਪੂਰੀ ਪਾਕਿਸਤਾਨ ਕ੍ਰਿਕਟ ਟੀਮ ਦੀ। ਸ਼ਹੀਨ ਸ਼ਾਹ ਫਰੀਦੀ ਵਾਸਤੇ ਇਹ T20 ਸੀਰੀਜ਼ ਜਿਹੜੀ ਆ, ਇਹ ਇੱਕ ਬੈਡ ਲੱਕ ਸੀ। ਸ਼ਹੀਨ ਸ਼ਾਹ ਫਰੀਦੀ ਨੂੰ ਇਹ T20 ਸੀਰੀਜ਼ ਹਮੇਸ਼ਾ ਯਾਦ ਰਹੇਗੀ। ਦੋਸਤੋ, ਪਾਕਿਸਤਾਨ ਕ੍ਰਿਕਟ ਟੀਮ ਦੀ ਇਹ ਬੁਰੀ ਪਰਫਾਰਮੈਂਸ ਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਫੈਨਸ ਕਾਫੀ ਜ਼ਿਆਦਾ ਖਫਾ ਵਾ। ਦੋਸਤੋ, ਤੀਸਰੇ T20 ਮੈਚ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਬੋਲਰਸ ਜਿਹੜੇ ਸੀ, ਉਹਨਾਂ ਦੀ ਪਰਫਾਰਮੈਂਸ ਵੀ ਕੁਝ ਬਿਹਤਰ ਨਹੀਂ ਸੀ। ਬੋਲਿੰਗ ਦਾ ਤੁਸੀਂ ਇੱਥੋਂ ਅੰਦਾਜ਼ਾ ਲਓ ਕਿ ਜਦੋਂ ਹਾਰਸ ਰਾਊਫ ਨੇ ਆਪਣਾ ਪਹਿਲਾ ਓਵਰ ਕਰਵਾਇਆ ਸੀ, ਪਹਿਲੇ ਓਵਰ ਦੇ ਵਿੱਚ ਹਾਰਸ ਰਾਊਫ ਨੇ 2 ਸਕੋਰ ਦਿੱਤੇ ਸੀ। ਉਸ ਤੋਂ ਬਾਅਦ 'ਚੋਂ ਬੋਲਿੰਗ ਕੋਚ ਜਿਹੜੇ ਆ ਉਮਰ ਗੁੱਲ, ਉਹਨਾਂ ਦੇ ਕੋਲੋਂ ਸਹਾਫ਼ੀ ਨੇ ਸਵਾਲ ਕੀਤਾ ਕਿ ਹਾਰਸ ਰਾਊਫ ਦੀ ਬੋਲਿੰਗ ਦੇ ਬਾਰੇ ਤੁਸੀਂ ਕੀ ਕਹਿੰਦੇ ਆ, ਅਤੇ ਉਮਰ ਗੁੱਲ ਨੇ ਇਹ ਹਾਰਸ ਰਾਊਫ ਦੀ ਤਾਰੀਫ ਕਰਦਿਆਂ ਹੋਏ ਇਹ ਗੱਲ ਕਹੀ ਕਿ ਹਾਰਸ ਰਾਊਫ ਨੂੰ ਅਸੀਂ ਜਿਹੜੀ ਮਨਸੂਬਾਬੰਦੀ ਦੇ ਨਾਲ ਕਿਹਾ ਵਾ ਕਿ ਬੋਲਿੰਗ ਤੂੰ ਕਰਨੀ ਆ, ਉਹ ਅਸੀਂ ਤਰ੍ਹਾਂ ਕਰ ਰਿਹਾ ਵਾ, ਜਿਹਦੀ ਵਜ੍ਹਾ ਤੋਂ ਦੇਖ ਲਓ ਕਿ ਪਹਿਲੇ ਓਵਰ ਦੇ ਵਿੱਚ ਉਹਨੇ 2 ਸਕੋਰ ਸਿਰਫ ਦਿੱਤੇ ਆ। ਲੇਕਿਨ ਦੋਸਤੋ, ਇਸ ਤੋਂ ਬਾਅਦ 'ਚੋਂ ਜਦੋਂ ਹਾਰਸ ਰਾਊਫ ਆਪਣਾ ਦੂਸਰਾ ਓਵਰ ਕਰਵਾਉਣ ਵਾਸਤੇ ਆਏ, ਅਤੇ ਹਾਰਸ ਰਾਊਫ ਨੇ ਉਸ ਦੂਸਰੇ ਓਵਰ ਦੇ ਵਿੱਚ 28 ਸਕੋਰ ਦਿੱਤੇ। ਹਾਰਸ ਰਾਊਫ ਦੇ ਦੂਸਰੇ ਓਵਰ ਦੇ ਵਿੱਚ 3 ਛੱਕੇ ਲੱਗੇ, 2 ਚੌਕੇ ਲੱਗੇ ਅਤੇ ਹੋਰ ਸਿੰਗਲ ਹੋਏ, ਜਿਹਦੀ ਵਜ੍ਹਾ ਤੋਂ ਹਾਰਸ ਰਾਊਫ ਦਾ ਇਹ ਬਹੁਤ ਮਹਿੰਗਾ ਓਵਰ ਪਿਆ। ਅਤੇ ਉਮਰ ਗੁੱਲ ਜਿਹੜੇ ਬੋਲਿੰਗ ਕੋਚ ਆ ਪਾਕਿਸਤਾਨ ਕ੍ਰਿਕਟ ਟੀਮ ਦੇ, ਉਹ ਇਹ ਦਾਅਵਾ ਕਰਦੇ ਪਏ ਸੀ ਕਿ ਅਸੀਂ ਹਾਰਸ ਰਾਊਫ ਨੂੰ ਜਿਹੜੀ ਮਨਸੂਬਾਬੰਦੀ ਦੇ ਨਾਲ ਬੋਲਿੰਗ ਕਰਨ ਦਾ ਕਿਹਾ ਵਾ, ਉਹ ਉਸੇ ਤਰ੍ਹਾਂ ਕਰਦਾ ਪਿਆ ਵਾ। ਦੋਸਤੋ, ਇਹ ਤਾਂ ਇੱਕ ਮਜ਼ਾਹੀਆ ਜੋਕ ਹੀ ਹੋਇਆ ਕਿ ਪਹਿਲਾਂ ਉਹਦੀ ਤਾਰੀਫ ਕਰ ਰਹੇ ਸੀ, ਬਾਅਦ 'ਚ ਉਹਦਾ ਉਲਟਾ ਹੀ ਦੇਖਣਾ ਪਿਆ। ਤੀਸਰੇ T20 ਮੈਚ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ 3 ਤਬਦੀਲੀਆਂ ਵੀ ਕੀਤੀਆਂ ਸੀ। ਪਾਕਿਸਤਾਨ ਕ੍ਰਿਕਟ ਟੀਮ ਨੇ ਤੀਸਰੇ T20 ਮੈਚ ਦੇ ਵਿੱਚ ਮੁਹੰਮਦ ਨਵਾਜ਼ ਨੂੰ, ਵਸੀਮ ਜੂਨੀਅਰ ਨੂੰ ਅਤੇ ਜ਼ਮਾਨ ਖਾਨ ਨੂੰ ਸ਼ਾਮਲ ਕੀਤਾ ਸੀ। ਲੇਕਿਨ ਇਹਨਾਂ ਨੂੰ ਸ਼ਾਮਲ ਕਰਨ ਦੀ ਵਜ੍ਹਾ ਤੋਂ ਵੀ ਪਾਕਿਸਤਾਨ ਕ੍ਰਿਕਟ ਟੀਮ ਤੀਸਰਾ T20 ਮੈਚ ਨਹੀਂ ਜਿੱਤ ਸਕਿਆ। ਪਾਕਿਸਤਾਨ ਕ੍ਰਿਕਟ ਟੀਮ ਦੀ ਨਾ ਤਾਂ ਬੱਲੇਬਾਜ਼ੀ ਜਿਹੜੀ ਆ ਉਹ ਕੋਈ ਬਿਹਤਰ ਹੋ ਰਹੀ ਆ, ਨਾ T20 ਮੈਚ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਲੋਂ ਕੋਈ ਬੋਲਿੰਗ ਸਹੀ ਹੋ ਰਹੀ ਆ। ਲੇਕਿਨ ਦੋਸਤੋ, ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਕਪਤਾਨ ਬਾਬਰ ਆਜ਼ਮ ਦੀ ਜਿਹੜੀ ਪਰਫਾਰਮੈਂਸ ਆ ਉਹ ਤਿੰਨਾਂ T20 ਮੈਚਾਂ ਦੇ ਵਿੱਚ ਬਹੁਤ ਜ਼ਬਰਦਸਤ ਰਹੀ ਆ। ਬਾਬਰ ਆਜ਼ਮ ਦੇ ਬਾਰੇ ਇਹ ਸਵਾਲ ਕੀਤੇ ਜਾਂਦੇ ਸੀ ਕਿ ਬਾਬਰ ਆਜ਼ਮ ਫਾਰਮ ਦੇ ਵਿੱਚ ਨਹੀਂ ਆ, ਲੇਕਿਨ ਬਾਬਰ ਆਜ਼ਮ ਨੇ ਸਾਬਤ ਕੀਤਾ ਵਾ ਕਿ ਉਹ ਫਾਰਮ ਦੇ ਵਿੱਚ ਆ, ਉਹ ਦੁਨੀਆ ਦੇ ਜ਼ਬਰਦਸਤ ਖਿਲਾੜੀ ਆ। ਦੋਸਤੋ, ਬਾਬਰ ਆਜ਼ਮ ਨੇ ਨਿਊਜ਼ੀਲੈਂਡ ਦੇ ਖਿਲਾਫ਼ 3 T20 ਮੈਚ ਹਜੇ ਤੱਕ ਖੇਲੇ ਆ। ਤਿੰਨਾਂ T20 ਮੈਚਾਂ ਦੇ ਵਿੱਚ ਬਾਬਰ ਆਜ਼ਮ ਨੇ ਨਿਸਫ ਸੈਂਚਰੀਆਂ ਕੀਤੀਆਂ ਵਾ। ਦੋਸਤੋ, ਇਸੇ ਤਰ੍ਹਾਂ ਬਾਬਰ ਆਜ਼ਮ ਜਿਹੜੇ ਆ ਦੁਨੀਆ ਦੇ ਉਹ ਖਿਲਾੜੀ ਬਣ ਗਏ ਆ ਜਿਨ੍ਹਾਂ ਨੇ ਇੱਕ ਹੀ ਟੀਮ ਦੇ ਖਿਲਾਫ਼ 8 ਨਿਸਫ ਸੈਂਚਰੀਆਂ ਕੀਤੀਆਂ ਵਾ। ਦੋਸਤੋ, ਉਹਨਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਬਰਾਬਰ ਕਰਤਾ ਵਾ, ਕਿਉਂਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇੱਕ ਹੀ ਟੀਮ ਆਸਟ੍ਰੇਲੀਆ ਦੇ ਖਿਲਾਫ਼ 8 ਨਿਸਫ ਸੈਂਚਰੀਆਂ ਕੀਤੀਆਂ ਸੀ। ਦੋਸਤੋ, ਇਸ ਤਰ੍ਹਾਂ ਬਾਬਰ ਆਜ਼ਮ ਨੇ ਵਿਰਾਟ ਕੋਹਲੀ ਦੇ ਰਿਕਾਰਡ ਨੂੰ ਬਰਾਬਰ ਕਰਤਾ ਵਾ। ਦੋਸਤੋ, ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਜਾਵਾਂ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ਼ ਹਜੇ ਤੱਕ 34 T20 ਮੈਚ ਖੇਲੇ ਆ। ਇਹ 34 T20 ਮੈਚਾਂ ਦੇ ਵਿੱਚੋਂ ਪਾਕਿਸਤਾਨ ਕ੍ਰਿਕਟ ਟੀਮ ਨੇ 20 ਮੈਚ ਜਿੱਤੇ ਆ, 13 T20 ਮੈਚ ਜਿਹੜੇ ਆ ਨਿਊਜ਼ੀਲੈਂਡ ਨੇ ਜਿੱਤੇ ਆ,
एक मैच का कोई रिजल्ट नहीं निकलिया। दोस्तों पाकिस्तान क्रिकेट टीम की इस तो पहले परफॉर्मेंस न्यूजीलैंड के खिलाफ सही रही सी, लेकिन हुण पता नहीं पाकिस्तान क्रिकेट टीम नूं की हो गया वा कि पाकिस्तान क्रिकेट टीम जिहड़ी कि न्यूजीलैंड के खिलाफ भी T20 मैच जीती हुई है, लेकिन पाकिस्तान क्रिकेट टीम हुण लगातार हारती पई है। दोस्तों हुण T20 सीरीज़ के 2 मैच बाकी है, हुण देखते हाँ कि पाकिस्तान क्रिकेट टीम वो T20 मैच जीत सकती है या नहीं। अगर तो पाकिस्तान क्रिकेट टीम वो T20 मैच जीत जाएगी तो पाकिस्तान क्रिकेट टीम की इज्जत रह जाएगी, लेकिन लगता नहीं है कि पाकिस्तान क्रिकेट टीम ये 2 T20 मैच भी जीत पाए, क्योंकि पाकिस्तान क्रिकेट टीम की परफॉर्मेंस जी बहुत ही बुरी आ, जिहदी वजह तो यह नहीं लगता कि पाकिस्तान क्रिकेट टीम ये 2 आखिरी मैच भी जीत सकेगी। दोस्तों तुसीं भी कहने कि पाकिस्तान क्रिकेट टीम हुण किदां दी परफॉर्मेंस देगी, मैनूं कमेंट्स दे विच जरूर दस्सियो।